अस्सलामुअलैकुम जी। वालेकुम सलाम। बाबा जी अपना नाम की है जी? मेरा नाम अब्दुल हमीद। अब्दुल हमीद, तुहाडे बुजुर्गों का की नाम है? मेरे वालिद साहब का नाम मियां खैरुद्दीन। मियां खैरुद्दीन, अपनी कौम बरादरी केड़ी है जी? मैं राइम बरादरी से ताल्लुक रखदा। अच्छा जी, गोत का भी पता? गोत मेरी रहील। रहील, अच्छा, रहील रोहील। ਆਪਾਂ ਇੰਡੀਆ ਦੇ ਵਿੱਚ ਕਿਹੜੇ ਜ਼ਿਲ੍ਹੇ ਕਿਹੜੀ ਤਹਿਸੀਲ ਵਿੱਚ ਰਹਿੰਦੇ ਸੀਗੇ? ਇੰਡੀਆ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ। ਅੱਛਾ ਜੀ, ਉਹਦੀ ਤਹਿਸੀਲ ਫਲੌਰ। ਤਹਿਸੀਲ ਫਲੌਰ 'ਚ? ਫਲੌਰ ਉਹ ਸ਼ਹਿਰ ਸੀ ਜਿਹਦੇ ਵਿੱਚ ਪੁਲਿਸ ਟ੍ਰੇਨਿੰਗ ਸਕੂਲ ਦਾ। ਪੁਲਿਸ ਟ੍ਰੇਨਿੰਗ ਸਕੂਲ ਪੰਜਾਬ ਦਾ? ਅੱਛਾ, ਉਹਦੇ ਕਰੀਬ ਸਾਡਾ ਪਿੰਡ ਸੀ। ਅੱਛਾ, ਉਹਦਾ ਨਾਮ ਤੇਗ। ਕਿਹੜਾ? ਤੇਗ। ਤੇਗ ਆਪਣੇ ਪਿੰਡ ਦਾ ਨਾਂ ਸੀ? ਤੇਂਗ ਸੀ ਆਪਣੇ ਪਿੰਡ ਦਾ ਨਾਂ। ਹਾਂਜੀ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ ਆਪਣੇ? ਆਲੇ ਦੁਆਲੇ ਕਾਂਗਾ ਰਾਂਝਾ, ਮੀਆਂਵਾਲ। ਮੀਆਂਵਾਲ, ਹਾਂ। ਅੱਛਾ ਜੀ, ਮੀਆਂਵਾਲ ਦਾ ਇੱਕ ਚੌਧਰੀ ਗਿਣਿਆ ਬੜਾ ਗੁਜ਼ਰਿਆ ਜੀ। ਹਾਂਜੀ, ਉਹਦੇ ਨਾਂ ਦਾ ਪਤਾ ਕੀ ਆ? ਮੁਹੰਮਦ ਅਸਲਮ ਚੌਧਰੀ ਜੀ। ਚੌਧਰੀ ਮੁਹੰਮਦ ਅਸਲਮ ਮੀਆਂਵਾਲ ਚੱਕ ਦਾ ਇੱਕ ਬਹੁਤ ਨਾਮੀ ਗ੍ਰਾਮੀ ਬੰਦਾ। ਬੱਚੀ ਬਚਪਨ ਸੀ। ਉਮਰ ਕਿੰਨੀ ਸੀ ਆਪਣੀ? ਉਹ ਮੈਂ ਉਦੋਂ ਪੰਜਵੀਂ 'ਚ ਪੜ੍ਹਦਾ ਸੀ। ਪੰਜਵੀਂ 'ਚ ਪੜ੍ਹਦਾ ਸੀ, 10-12 ਸਾਲ ਹੈਗੀ ਸੀ ਆਪਣੀ। ਠੀਕ ਆ। ਆਪਣੇ ਜਿਹੜਾ ਪਿੰਡ ਸੀਗਾ ਠੀਂਗ, ਤੇਂਗ, ਉਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਕੌਮਾਂ ਬੈਠੀਆਂ ਸੀ ਤੁਹਾਡੇ ਤੋਂ ਇਲਾਵਾ? ਉਸ ਪਿੰਡ ਦੇ 9 ਨੰਬਰਦਾਰ ਸੀ। 9 ਨੰਬਰਦਾਰ ਸੀ ਪਿੰਡ ਦੇ? ਐਡਾ ਵੱਡਾ ਪਿੰਡ ਸੀ? ਹਾਂਜੀ, 3 ਪਟਵਾਰੀ ਉੱਥੇ ਫੈਕਟਰੀ ਹੁੰਦੇ ਸੀ। ਅੱਛਾ ਜੀ, ਕੰਮ ਵਾਸਤੇ। ਉਹ 'ਚ ਇੱਕ ਨੰਬਰਦਾਰ ਰਾਜਪੂਤ ਸੀ, ਇੱਕ ਸਿੱਖ ਸੀਗਾ। ਅੱਛਾ, ਬਾਕੀ 7 ਨੰਬਰ ਦਾ ਰਾਈ ਸੀ। 7 ਨੰਬਰ ਦਾ ਰਾਈ ਸੀ, ਇੱਕ ਸਿੱਖ ਸੀਗਾ, ਇੱਕ ਰਾਜਪੂਤ ਸੀਗਾ। ਸਿੱਖ ਜਿਹੜਾ ਸੀ ਉਹਦਾ ਕੀ ਨਾਂ ਸੀ? ਸਰਦਾਰ ਹਰੀ ਸਿੰਘ। ਸਰਦਾਰ ਹਰੀ ਸਿੰਘ, ਤੇ ਰਾਜਪੂਤ? ਰਾਜਪੂਤ ਦੇ ਨਾਂ ਨਹੀਂ, ਨਾਂ ਨਹੀਂ। ਅੱਛਾ, ਰਾਈਆਂ ਦੇ ਜਿਹੜੇ ਲੰਬਰਦਾਰੀਆਂ ਸੀ ਉਹ ਕੀ ਨਾਂ ਸੀ ਬੰਦੇ? ਚੌਰੀ ਅਮਾਨਤ ਅਲੀ ਸੀ। ਚੌਰੀ ਅਮਾਨਤ ਅਲੀ। ਅੱਛਾ ਜੀ, ਬਾਕੀਆਂ ਦੇ ਨਾਂ ਨਹੀਂ ਯਾਦ? 9 ਨੰਬਰਦਾਰੀਆਂ ਦਾ ਮਤਲਬ ਬਹੁਤ ਬੜਾ ਪਿੰਡ ਸੀਗਾ ਜੀ। ਹੋਰ ਆਪਣੇ ਸਿੱਖ ਘਰ, ਸਿੱਖਾਂ ਦੇ ਘਰ ਕਿੰਨੇ ਸੀਗੇ? ਸਿੱਖਾਂ ਦੇ ਘਰ ਉੱਥੇ ਪੁਰਾਣਾ ਕਿਲ੍ਹਾ ਸੀ ਸਿੱਖਾਂ ਦਾ। ਅੱਛਾ ਜੀ, ਉਸ ਕਿਲ੍ਹਾ ਕਿਲ੍ਹੇ ਦੇ ਸਰਦਾਰ ਸੀਗੇ ਉਹ, ਉੱਥੇ ਤਕਰੀਬਨ 4-5 ਘਰ ਹੀ ਸੀ ਸਿੱਖਾਂ ਦੇ। ਉਹਨਾਂ ਦੇ ਆਪਣੇ ਅਜੀਜ਼ਦਾਰੀ ਸੀ। ਤੁਹਾਨੂੰ ਦੱਸਿਆ ਵੀ ਸ਼ਾਹਪੁਰ ਸੀ। ਅੱਛਾ ਜੀ, ਮੀਆਂਵਾਲ, ਕਾਂਗਾ ਰਾਈਆਂ। ਟੀਚਰ ਸਾਰੇ ਮੁਸਲਮਾਨ ਸੀ? ਇੱਕ ਸਿੱਖ ਦਾ ਸੀ, ਇੱਕ ਹਿੰਦੂ ਸੀ। ਅੱਛਾ, ਇੱਕ ਹਿੰਦੂ ਸੀ, ਇੱਕ ਸਿੱਖ ਸੀ, ਬਾਕੀ ਮੁਸਲਮਾਨ। ਨਾਂ ਯਾਦ ਆ ਜੀ ਉਹਨਾਂ ਦੇ? ਨਾਂ ਨਹੀਂ ਯਾਦ। ਪੰਜਵੀਂ ਤੱਕ ਪੜ੍ਹਦੇ ਸੀ, ਨਾਂ ਤਾਂ ਯਾਦ ਹੋਣੇ ਚਾਹੀਦੇ, ਭੁੱਲ ਗਏ ਨਾ। ਸਾਨੂੰ ਦੱਸੋ ਉੱਥੇ ਵਸੇਬ ਕਿੱਦਾਂ ਦਾ ਸੀ, ਕਿੱਦਾਂ ਲੋਕ ਰਹਿਣ ਸਹਿਣ ਸੀ ਆਜ਼ਾਦੀ ਤੋਂ ਪਹਿਲੇ ਜਿਹੜਾ ਸੀ ਸਾਂਝਾ ਪੰਜਾਬ ਸੀ? ਉੱਥੇ ਹਿੰਦੂ ਵੀ ਰਹਿੰਦੇ ਸੀ। ਅੱਛਾ, ਸਿੱਖ ਵੀ ਰਹਿੰਦੇ ਸੀ। ਹਾਂ, ਚਮਾਰ ਵੀ ਰਹਿੰਦੇ ਸੀ। ਹਾਂਜੀ, ਚਮਾਰ ਜਿਹੜਾ ਉਹਨਾਂ ਦਾ ਕੰਮ ਸੀ ਵਗਾਰ ਵਗੈਰਾ ਜਾਂ ਜ਼ਿੰਮੀਦਾਰਾਂ ਦੇ ਕੰਮ ਕੁੰਮ ਕਰਨੇ। ਹਾਂਜੀ ਹਾਂਜੀ, ਔਰ ਦੂਸਰੇ ਜਿਹੜੇ ਹਿੰਦੂ ਸੀ ਉੱਥੇ ਅਕਸਰ ਬਾਜ਼ਾਰ ਦੀ ਸੋਚ ਸੀ ਪਿੰਡ ਵੱਡਾ ਪਿੰਡ ਹੋਣ ਦੀ ਵਜ੍ਹਾ ਦੇ ਨਾਲ ਉਹ ਦੁਕਾਨਦਾਰੀ ਕਰਦੇ ਸੀ। ਅਕਸਰ ਲੋਕ ਜਿਹੜੇ ਗਰੀਬ ਲੋਕ ਸੀ ਉਹਨਾਂ ਦੇ ਮਗਰੂਮ ਹੋ ਜਾਂਦੇ ਸੀ। ਅੱਛਾ, ਹਿੰਦੂ ਸ਼ੁਰੂ ਤੋਂ ਪੈਸੇ ਵਾਲੀ ਕੌਮ ਆ ਗਈ। ਹਾਂਜੀ, ਉਹ ਤੋਂ ਬਾਅਦ ਫਿਰ ਪਾਰਟੀਸ਼ਨ ਹੋ ਗਈ ਸੀ, ਉੱਠ ਕੇ ਉਹ ਫਲੋਰ ਕੈਂਪ ਬਣਿਆ ਸੀ। ਫਲੋਰ ਤੁਹਾਡਾ ਕੰਮ ਬਣਿਆ? ਹਾਂਜੀ, ਸਾਰੇ ਦਿਗਰ ਸਾਰੇ ਪਿੰਡਾਂ ਦੇ ਲੋਕ ਉੱਥੇ ਜਮ੍ਹਾਂ ਹੋ ਗਏ। ਜਮ੍ਹਾਂ ਹੋ ਗਏ। ਅੱਛਾ, ਉੱਥੇ ਬੈਠਿਆ ਕਿ ਬਾਰਿਸ਼ਾਂ ਬਹੁਤ ਸ਼ੁਰੂ ਹੋ ਗਈ। ਮੁਸਲਸਲ 3-4 ਦਿਨ ਬਾਰਿਸ਼ ਹੁੰਦੀ ਰਹੀ। ਅੱਛਾ ਜੀ, ਕੁਛ ਕਿਸੇ ਮੁਸ਼ਕਿਲਾਂ ਉੱਥੇ ਬਣੀਆਂ ਨਹੀਂ ਅਤੇ ਲੋਕਾਂ ਦੀ ਬਿਮਾਰੀ ਸ਼ੁਰੂ ਹੋ ਗਈ। ਬਿਮਾਰੀ ਹੋ ਗਈ? ਹਾਂਜੀ। ਫਿਰ ਉਹ ਕੁਛ ਠੀਕ ਹੋਣ ਤੋਂ ਬਾਅਦ ਫਿਰ ਲੋਕਾਂ ਨੇ ਮੂਵ ਕੀਤਾ, ਅੱਗੇ ਸ਼ੁਰੂ ਜਾਣਾ ਸ਼ੁਰੂ ਕੀਤਾ। ਲੇਕਿਨ ਇਹ ਖੌਫ ਛਾਇਆ ਸੀ ਅੱਗੇ, ਕਤਲੇਆਮ ਸਿੱਖ ਜਿਹੜੇ ਸੀ ਬੇਦਰਦੀ ਨਾਲ ਲੋਕਾਂ ਨੂੰ ਮਾਰ ਦਿੰਦੇ।
ਬਲਵਾਈ ਜਿਹੜੇ ਸੀ ਸਾਡੇ ਪਿੰਡ ਦੇ ਉੱਤੇ ਉਹ ਦੋ ਤਿੰਨ ਦਾ ਹਮਲਾ ਹੋਇਆ ਜਿਸ ਦਿਨ ਸਾਡਾ ਪਿੰਡ ਦੇਖਿਆ ਉਸ ਨੂੰ ਹਮਲਾ ਕਰ ਦਿੱਤਾ ਉਹ ਕੇ ਰਾਤ ਦੇ ਅੰਧੇਰੇ ਉਸ ਕਿਹੜੇ ਵੇਲੇ ਅਸੀਂ ਉੱਥੇ ਜੇਕਰ ਅੱਛਾ ਬਸ ਉਹ ਜੋ ਕੁਛ ਜਲਦੀ ਦੇ ਵਿੱਚ ਕਰਦਾ ਹੁੰਦਾ ਸੀ ਸਮਾਨ ਕੋਈ ਕੋਈ ਵਿਸ਼ੇ ਵਗੈਰਾ ਜੀ ਉਹ ਤਾਂ ਲੈ ਸਕੇ ਆਪਣੀ ਜਿਹਦੇ ਦੇ ਗੱਡੇ ਸੀਗੇ ਅੱਛਾ ਗੱਡਿਆਂ ਦੇ ਵਿੱਚ ਉਸ ਵੇਲੇ ਟਰੈਕਟਰ ਟਰਾਲੀ ਵਗੈਰਾ ਤੋਂ ਹਾਂ ਉਦੋਂ ਤਾਂ ਇਹੀ ਲੱਦੇ ਸੀਗੇ ਗੱਡਿਆਂ ਦੇ ਵਿੱਚ ਮਹਿਲਾਂ ਦੇ ਗੱਡਿਆਂ ਦੇ ਲੱਦ ਕੇ ਉਹ ਕੈਂਪ ਵਿੱਚ ਪਹੁੰਚ ਗਏ ਬਾਹਰ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਸਾਡੇ ਅੱਛਾ ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਆ ਜਿਹੜੀ ਸਿੱਖ ਬਰਾਦਰੀ ਸੀਗੀ ਉਹਨਾਂ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਬਿਹੇਵ ਰਿਹਾ ਉਹਨਾਂ ਨੇ ਉਹ ਖਮੋਸ਼ ਹੀ ਰਹੇ ਕੋਈ ਅਸੀਂ ਇੰਤਜ਼ਾਰ 'ਚ ਰਿਹਾ ਕਿ ਬਾਹਰੋਂ ਹਮਲਾ ਹੋਵੇ ਅਤੇ ਫਿਰ ਅਸੀਂ ਉਹਨਾਂ ਦੇ ਨਾਲ ਮਿਲ ਕੇ ਨੁਕਸਾਨ ਚਾਹੀਦਾ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉਹਨਾਂ ਦੀ ਇਹ ਸੋਚ ਆ ਇਸ ਵਾਸਤੇ ਕਿ ਬਿਲਕੁਲ ਉਹ ਉਹਨਾਂ ਦਿਨਾਂ ਦੇ ਅੱਗੇ ਦੂਰ ਦੂਰ ਰਹਿਣ ਵਾਸਤੇ ਪਿੱਛੇ ਹਟ ਗਏ ਸੀਗੇ ਹਾਂਜੀ ਵਰਤਾਅ ਘਟਾ ਵਰਤਾਅ ਘਟਾ ਚੋ ਉਸ ਤੋਂ ਪਹਿਲੇ ਤਾਂ ਵਰਤਾਅ ਠੀਕ ਸੀਗਾ ਹਾਂ ਬਿਲਕੁਲ ਪਹਿਲੇ ਠੀਕ ਸੀ ਲੈਣ ਦੇਣ ਚੀਜ਼ਾਂ ਦਾ ਸ਼ਾਦੀਆਂ ਸ਼ਾਮਿਲ ਹੁੰਦੇ ਸੀ ਜਿਹਨੂੰ ਸਾਡੀ ਸ਼ਾਦੀ ਜਾਂਦੇ ਸੀ ਅੱਛਾ ਅਸੀਂ ਸਿੱਖਾਂ ਦੀ ਸ਼ਾਦੀ ਜਾਂਦੇ ਸਿੱਖ ਸਾਡੀ ਸ਼ਾਦੀ ਜਾਂਦੇ ਅੱਛਾ ਸ਼ਾਦੀਆਂ ਦੇ ਤੁਹਾਡਾ ਆਉਣ ਜਾਣ ਉਹਨਾਂ ਨਾਲ ਹੈਗਾ ਸੀਗਾ ਹਾਂਜੀ ਅੱਛਾ ਇਹ ਤਾਂ ਠੀਕ ਹੀ ਸੀ ਜਿੱਦਾਂ ਪਿੰਡ ਬਸਤੀ ਹੁਣ ਲੋਕ ਇੱਕ ਦੂਜੇ ਨਾਲ ਕਿਸੇ ਕਿਸੇ ਦਾ ਕੋਈ ਫਰਕ ਜਾਂ ਨਫ਼ਰਤ ਨਹੀਂ ਸੀ ਨਫ਼ਰਤ ਨਹੀਂ ਸੀਗੀ ਬਿਲਕੁਲ ਕਿਸੇ ਜੈਸੇ ਸੀ ਕੋਈ ਕੰਮ ਬਰਾਬਰ ਨਹੀਂ ਉਹ ਤਾਂ ਫਿਰ ਚੰਦ ਦਿਨ ਐਸੇ ਆਏ ਸੀਗੇ ਜਿਹਦੇ ਵਿੱਚ ਖੂਨ ਸਫੈਦ ਹੋ ਗਏ ਲੋਕਾਂ ਦੇ ਪਾਰਟੀਸ਼ਨ ਚਾ ਗਏ ਨੇ ਹਾਂਜੀ ਕੰਮ ਖਰਾਬ ਬਹੁਤ ਦੂਰੀ ਹੋ ਗਈ ਤੁਹਾਨੂੰ ਕਿੱਦਾਂ ਪਤਾ ਲੱਗਾ ਜਾਂ ਕਿਹੜੇ ਟਾਈਮ ਤੁਸੀਂ ਨਿਕਲਣ ਲੱਗੇ ਸੀ ਆਪਣੇ ਪਿੰਡੋਂ ਵੀ ਛੱਡ ਦੇਣਾ ਹੋਣਾ ਸੀ ਆਪਣਾ ਪਿੰਡ ਰਾਤ ਹੀ ਨਾ ਇਸ਼ਾ ਦੇ ਕਰੀਬ ਜਾ ਕੇ ਅੱਛਾ ਪਤਾ ਚੱਲਿਆ ਕਿ ਫਲਾਨੀ ਤਰਫੋਂ ਕੋਈ ਸਮਾਲ ਦੀ ਤਰਫੋਂ ਕੋਈ ਸਿਰਫ ਇਕੱਠੇ ਹੋ ਰਿਹਾ ਕੋਈ ਹਮਲਾ ਕਰਨ 'ਚ ਆ ਅੱਛਾ 12-1 ਵਜੇ ਤੋਂ ਬਾਅਦ ਫਿਰ ਲੋਕ ਇੱਕ ਦੂਜੇ ਨੂੰ ਦੱਸ ਕੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਦੋ ਘੰਟੇ ਦੇ ਵਕਤ ਦਾ ਕੀ ਕੁਛ ਹੋ ਸਕਦਾ ਦੋ ਘੰਟੇ 'ਚ ਕੀ ਚੱਕ ਲੈਣਾ ਜੀ ਬਸ ਮੋਟੀ ਮੋਟੀ ਚੀਜ਼ਾਂ ਸੀਗੀਆਂ ਅੱਛਾ ਮਾਲ ਦੀਆਂ ਉਹ ਗੱਡੀਆਂ ਜਿੰਨੀ ਲੱਗ ਸਕਦੀ ਲੱਗੀਆਂ ਲੱਗ ਕੇ ਨਿਕਲ ਗਏ ਸਿੱਖਾਂ ਹਮਲਾਵਰ ਆਏ ਲੇਕਿਨ ਪਿੰਡ ਖਾਲੀ ਹੋ ਗਏ ਪਿੰਡ ਖਾਲੀ ਹੋ ਗਿਆ ਸੀ ਆਉਣ ਤੋਂ ਪਹਿਲੇ ਹਾਂਜੀ ਫਿਰ ਉਹ ਕੈਂਪ 'ਚ ਪਹੁੰਚ ਗਏ ਲੋਕਾਂ ਨੂੰ ਖਾਣ ਪੀਣ ਦੀ ਜ਼ਰੂਰਤ ਪੈਂਦੀ ਸੀ ਕਿਸੇ ਕੋਲ ਕੁਛ ਹੈ ਸੀ ਕਿਸੇ ਕੋਲ ਨਹੀਂ ਹੈ ਸੀ ਕੁਛ ਲੋਕ ਰਾਤ ਦੇ ਅੰਧੇਰੇ ਜਾ ਕੇ ਤਾਂ ਕੁਛ ਪਿੰਡ 'ਚੋਂ ਜਾਣਾ ਚਾਹੁੰਦੇ ਸੀ ਤੁਸੀਂ ਕੋਈ ਦਾਣੇ ਦੂਣੇ ਲੈ ਜਾਂਦੇ ਹੋਰ ਲੈ ਚੀਜ਼ਾਂ ਖਾਣ ਵਾਸਤੇ ਉਹ ਜਿਹੜਾ ਕੋਈ ਵਾਕਫ ਅੱਗੇ ਸਿੱਖ ਜਾਂ ਹਿੰਦੂ ਜਾਂ ਮਿਲ ਜਾਂਦੇ ਸੀ ਜ਼ਿਆਦਾ ਦੋਸਤੀ ਵਾਲੇ ਉਹ ਤੋਂ ਵੀ ਮਦਦ ਕਰਦੇ ਸੀ ਲੇਕਿਨ ਫਿਰ ਬਾਅਦ ਦੇ ਵਿੱਚ ਉਹ ਉਹਨਾਂ ਦੇ ਵੀ ਹਮਲਾ ਕਰਨ ਲੱਗ ਪਏ ਅੱਛਾ ਇਸ ਵਾਸਤੇ ਫਿਰ ਦੁਬਾਰਾ ਨਹੀਂ ਗਏ ਇਬਤਦਾਈ ਦਿਨਾਂ 'ਚ ਕੁਛ ਜਾਂਦੇ ਰਹੇ ਲੋਕ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਬੱਚਾ ਨੁਕਸਾਨ ਨਹੀਂ ਹੋਇਆ ਅੱਛਾ ਹਾਂਜੀ ਆਪਣੇ ਕਿੰਨੇ ਸੀਗੇ ਜੀ ਜਦੋਂ ਨਿਕਲੇ ਜਦੋਂ ਨਿਕਲੇ ਉਦੋਂ ਦੋ ਮਸ਼ੀਰਾਂ ਸੀ ਜਿਹੜੀਆਂ ਤਿੰਨ ਅਸੀਂ ਭਾਈ ਸੀ ਬਾਲ ਦੇ ਬਾਲ ਅੱਛਾ ਜੀ ਅਤੇ ਕੈਂਪ 'ਚੋਂ ਫਿਰ ਇਹਨੂੰ ਜ਼ਿਆਦਾ ਕੋਈ ਕੋਈ ਬੱਸਾਂ ਦੇ ਹੀ ਆਏ ਪਾਕਿਸਤਾਨ ਕੋਈ ਗੱਡੀਆਂ ਦੇ ਹੀ ਆਏ ਅੱਛਾ ਕੋਈ ਟ੍ਰੇਨਾਂ ਦੇ ਹੀ ਆਏ ਜਿੱਦਾਂ ਜਿੱਦਾਂ ਇਹਦਾ ਸਬੱਬ ਲੱਗਾ ਤੁਰ ਕੇ ਵੀ ਆਏ ਜਿਹੜੇ ਬੱਸਾਂ ਦੇ ਵੀ ਆਏ ਉਹ ਉਹਨਾਂ ਨੂੰ ਲੋਕ ਇੱਥੋਂ ਕੋਈ ਰਿਸ਼ਤੇਦਾਰ ਜਾਂ ਕੋਈ ਮੈਨੇਜਰ ਵਾਲਾ ਬੱਸ ਲੈ ਕੇ ਜਾਂਦੇ ਸੀ ਸਪੈਸ਼ਲ ਗੌਰਮੈਂਟ ਤੋਂ ਮਨਜ਼ੂਰ ਕਰਾ ਕੇ ਉਹ ਲੈ ਕੇ ਆਉਂਦੇ ਅਤੇ ਸਾਡੇ ਮੇਰੇ ਮਾਮੂ ਦਾ ਭਾਈ ਸੀ ਗਵਰਨਰ ਆਫਿਸ ਸੀ ਅਸਿਸਟੈਂਟ ਸੀ ਉਹ ਫਿਰ ਬੱਸ ਲੈ ਕੇ ਗਏ ਅਤੇ ਮੈਂ ਔਰ ਮੇਰੇ ਦੋ ਮਸ਼ੀਰਾ ਵੱਡੀਆਂ ਸੀ ਤੁਹਾਡੇ ਕੋਲ ਛੋਟੀਆਂ ਵੱਡੀਆਂ ਸੀ ਦੋਨੋਂ ਅੱਛਾ ਤੁਸੀਂ ਛੋਟੇ ਹਾਂਜੀ ਉਹ ਦੋਨੋਂ ਅਸੀਂ ਤਿੰਨ ਜੀ ਸੀ ਅਸੀਂ ਜਿਹੜੇ ਆ ਗਏ ਬਾਕੀ ਜਿਹੜੇ ਸੀ ਉਹ ਗੱਡੇ 'ਤੇ ਆਏ ਉਹ ਗੱਡੇ ਮਾਘਾ ਵਾਰਡਰ ਕਿੰਨੇ ਦਿਨਾਂ ਵਿੱਚ ਆਪਣਾ ਸਫ਼ਰ ਤੈਅ ਹੋ ਗਿਆ ਬੱਸਾਂ ਤਾਂ ਮੇਰਾ ਖਿਆਲ 5-6 ਘੰਟੇ ਲੱਗੇ ਅੱਛਾ ਹਾਂ ਤਾਂ ਦਿਹਾੜੀ ਹਾਂਜੀ ਅਤੇ ਰਸਤੇ ਦੇ ਹਾਲਾਤ ਜਿਹੜੇ ਸੀ ਅਸੀਂ ਰਾਹ ਦੇ ਹਾਲਾਤ ਦੱਸੋ ਜਿਹੜਾ ਪਿੰਡੋਂ ਤਾਂ ਤੁਸੀਂ ਬਚ ਬਚਾ ਕੇ ਨਿਕਲੇ ਆਏ ਰਸਤੇ ਵਿੱਚ ਫੌਜੀ ਕੋਈ ਥੋੜ੍ਹੇ ਸਾਡੇ ਨਾਲ ਹੈ ਸੀ ਡੋਗਰੇ ਡੋਗਰਾ ਫੌਜੀ ਸੀ ਉਹ ਨਾਲ ਸੀਗੇ ਲੇਕਿਨ ਉਹ ਚੁਗੇ ਉਹ ਵੀ ਹਿੰਦੂ ਹੁੰਦੇ ਆ ਉਹ ਫੀਨੇ ਫੀਨੇ ਜਿਹੜੇ ਖਤਰਾ ਸੀ ਕਿ ਸਾਨੂੰ ਨੁਕਸਾਨ ਨਾ ਪਹੁੰਚਾਉਣ ਲੇਕਿਨ ਅੱਲਾ ਬਾਦ ਨੇ ਸਾਨੂੰ ਮਹਿਫੂਜ਼ ਰੱਖਿਆ ਅਸੀਂ ਵਾਪਸ ਪਹੁੰਚ ਗਏ ਲੇਕਿਨ ਰਸਤੇ ਦੇ ਅੰਦਰ ਬਹੁਤ ਲਾਸ਼ਾਂ ਇਸ ਕਿਸਮ ਦੀ ਚੀਜ਼ਾਂ ਲੋਕਾਂ ਨੂੰ ਮਾਰਿਆ ਕੋਈ ਔਰਤਾਂ ਨੂੰ ਮਾਰਿਆ ਕਿ ਕਿਸੇ ਬੰਦਿਆਂ ਨੂੰ ਮਾਰਿਆ ਦੱਸ ਬਹੁਤ ਕਤਲੋਗਾਰਤ ਤਾਂ ਬਹੁਤ ਬਹੁਤ ਹੋਈ ਸੀ ਬਦਤਰੀਨ ਹਿਜਰਤ ਸੀ ਦੁਨੀਆ ਹਾਂਜੀ ਫਿਰ ਇੱਥੇ ਅਸੀਂ ਕੁਛ ਕੈਂਪ ਵਪਾਰਕ ਟ੍ਰੇਨਿੰਗ ਕਾਲਜ ਏਅਰਪੋਰਟ ਹੈ ਪੁਰਾਣਾ ਉੱਥੇ ਕੈਂਪ ਲੱਗਿਆ ਸੀ ਚਲੇ ਅੱਛਾ ਉੱਥੇ ਠਹਿਰੇ ਉੱਥੇ
खान पीन बंदा रहे चंद दिन शहर तो बाद अजीज जो मामू दाद भाई उन्होंने घर चले गए बस इस तरह करके फिर उस बाद पिछले 96 साल मजदूरी वगैरह करते कपड़ा भी कोई खाना पीना भी बहुत मुश्किल मिलता है चंगे भले अपने घर च खाते पीते घर च उठ के आके फिर जिंदगी बहुत बुरे हालात से लुई खड़ी होंगी है जो बंदा सोचता है कोई उदा का दर्दनाक वाकया राह दे विच आंदियां जांदियां देखिया होवे जां झल्लिया होवे दर्दनाक वाकया इस तरह जी उहदे विच उतरदी जास कोई नहीं मरे हुए बंदे जिंदगी पहली बार देखे होने पहले कितने देखे होने इंसानों वड्या टुकया पिया सी तुहाडी अंदर दी फीलिंग की सी अंदर दी फीलिंग बहुत यानी दहशत फैली सा गया किन्ना खौफ सी अंदर बहुत ज्यादा खौफ सी कि अल्लाह ताला सानू भी इस तरह ये भी खौफ होना कि साडा भी किते इदा नंबर ना लग जावे बिल्कुल सब तो यही कि असि बड़ी सहम सहम के लाहौर पहुंचे यानी डर डर के कौन सो कह रहा कौन सो कह रहा भी अल्लाह हर चीज पूरी ना खाना ना पीना किथे लाशां विच किथे देख के मतलब भुख लगदी नहीं हैगी उस तो बाद फिर तुसीं इत्थे सीधा इस पिंड च आ गए 89 6 साल दे विच आ 1954 दा 53 दा कुछ इस तरह फिर अपनी तालीम दा सिलसिला दोबारा शुरू कीता अपने 1956 च मिला गए उन्हें छड़ी गया अच्छा जी मेरे उत्थों की गल अपने मैं तो फिर गवर्नमेंट हाई स्कूल साहिबवाल बाकी ऐसे बी ए जो प्राइवेट प्राइवेट बी ए तालीम है तो फिर टीचर भर्ती हो गए हूँ तो माशाल्लाह तुहाडे स्टूडेंट बथेरे बड़े बड़े अहुदियां ते लगे होने बहुत ज्यादा लोग आर्मी विच भी है किन्ना टाइम लगा उत्थों जो तुसीं सारा कुछ खाली हाथ हो के इत्थे आए नवें सिरे तो अपनी जिंदगी शुरू की कितना टाइम लगा अपने पैरों से खड़े होने फिर दोबारा अपने उत्थे पिछे को राबता किया मेरा पूछा वो पिछले दौर के सारे चक भी उसमें से कटे रहने और वो आश्राम आने भी हुआ उसी में उस वक्त आती थी हूँ नहीं रहा हूँ नहीं रहा अच्छा अच्छा दिल करता अपना इलाका देखने बहुत ज़्यादा दिल करता बहुत ज़्यादा दिल करता हूँ वो मैं अमेरिका गया मेरा छोटा बेटा अमेरिका अच्छा जी करते गए कुछ स्टेट जॉब कर रहा अच्छा जी ਉਹ ਸੇਖੀ ਉੱਥੇ ਆ ਗਿਆ ਹਾਂਜੀ ਹਾਂਜੀ ਉਹ ਸਾਡੇ ਪਿੰਡ ਦਾ ਕੋਈ ਸੇਖ ਉੱਥੇ ਆਇਆ
हवाले अपने पिंड रबता हो गया चाहे बाहर के मुल्क जाके हो दिल भी करता देखो पिंड मस्जिद सिखा गुरु गुरुद्वारा गुरुद्वारा मंदिर वगैरह इन्हों की फोटो सारे इधर दरवाजे लगे मस्जिद अच्छा वो एक चीज हैगी उन्होंने मस्जिद जड़िया ना बेशक उ मुसलमान कोई हैगा या नहीं है मस्जिद ढाया नहीं छेड़िया नहीं दरबार है चढ़ावे चढ़ते दीवे चढ़ते दीवे चलांदे अपने चिराग चलांदे इन चीजा ने समझा है कुछ पैगाम देना चाहते हो पैगाम हालात हर आदमी जो कुछ कर सकता ठीक करने की कोशिश करनी चाहिए ठीक करने की कोशिश करनी चाहिए सब तो पहले ठीक करना ठीक है दूसरे निकालिए अपने आप में ठीक करो पहले सही अपने आप में तारीमा सू दसिया मुसावात बराबरी चलते हुए अपने असूल चलन मुआशरती बुराइया खत्म कर हर आदमी हिस्सा लेना चाहिए सारे शोबे ठीक हो गए तो फिर अस सही मुसलमान सही गल लगा इस्लाम पूरे पूरे दाखिल हो जाए ये दिमाग पढ़ते हो हक मारी जाने कोई गल हज तो कर रहे हो लेकिन गरीब भुखा गुआढ़ी आराम पैसे ना कर दें जे गुआढ़ी जो भुखे मरण डे सही गल अगर असं मुसलमान कहलाना चाहते हैं और मुसलमान बनना चाहते हैं सानू अल्लाह पाक के इशारात अहकाम आदमी सिलसिले के नूरानी तरीके से अमल करना सही गल ए निजात है जी दुनिया का कोई भी मजहब है जी वह इंसानियत को ही कि बंदा इंसानियत के तकाजे पूरे कर जाता वह हर लिहाज ना ठीक हो जाता जी एक पिंड पंजाब का चैनल की टीम का जी हमेशा ही यही काम आ जी कि तुहाडे नाल रंग बिरंगे इलाकों चों आए बजुर्गों नाल मुलाकात कराई दी है पंजाब की वंड नाल रिलेटिड जिहड़े भी लोग ये जुल्म सितम का शिकार होए उन्हां नाल उन्हां दी आप बीती तुहाडे रूबरू कराई दी है अज असीं आए सीगे जी साहिवाल दे इलाके दे विच बजुर्गों नाल मुलाकात होई है जी तुहाडी और इन्हां दी स्टोरी तुहाडे रूबरू कीती है जी इंशाल्लाह फिर किसी होर बजुर्ग दे नाल नवीं स्टोरी दे नाल तुहाडी खिदमत चाहदा रहूंगा।